ਨੈਨੋਜ਼ ਦੇ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਉਸ ਸਰਵੇ ਦੇ ਅਨੁਸਾਰ ਜੇਕਰ ਅੱਜ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ ਕਾਲ ਹੁੰਦੀਆਂ ਨੇ ਤਾਂ ਕੰਜ਼ਰਵਟਿਵ ਪਾਰਟੀ ਪੂਰਨ ਮੈਜੋਰਟੀ ਦੇ ਨਾਲ ਸਰਕਾਰ ਬਣਾਏਗੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ ਦੇ ਵਿੱਚ ਵੀ ਗਿਰਾਵਟ ਦੇਖੀ ਗਈ ਹੈ ਜੀ ਅੱਜ ਚੋਣਾਂ ਕਰਵਾਈਆਂ ਜਾਂਦੀਆਂ ਨੇ ਤਾਂ ਫੈਡਰਲ ਕੰਜ਼ਰਵਟਿਵ ਹਾਊਸ ਆਫ ਕਾਮਨਸ ਵਿੱਚ ਇੰਨੀਆਂ ਸੀਟਾਂ ਜਿੱਤ ਸਕਦੇ ਨੇ ਕਿ ਉਹ ਬਹੁ ਗਣਤੀ ਨਾਲ ਸਰਕਾਰ ਬਣਾ ਸਕਣ ਇਹ ਖੁਲਾਸਾ ਨੈਨੋਜ਼ ਦੇ ਰਿਸਰਚ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਦੇ ਵਿੱਚ ਹੋਇਆ ਹੈ ਇਹਨਾਂ ਅੰਕੜਿਆਂ ਦੇ ਨਾਲ ਹਫਤਾਵਾਰੀ ਵੋਟ ਟ੍ਰੈਕਿੰਗ ਨੰਬਰਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੈਵ ਪਜੋ ਕੈਨੇਡੀਅਨਸ ਦੀ ਤਰਜੀਹ ਦਰਸਾਉਂਦੀ ਹੈ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਲਿਬਰਲ ਨਾਲੋਂ ਪੀਰੇ ਪੋਲੀ ਅਤੇ ਕੰਜ਼ਰਵਟਿਵ ਪਾਰਟੀ ਕਾਫੀ ਅੱਗੇ ਚੱਲ ਰਹੀ ਹੈ ਨੈਨੋਜ਼ ਵੱਲੋਂ ਤਾਜ਼ਾ ਵੋਟ ਟ੍ਰੈਕਿੰਗ ਤੋਂ ਸਾਹਮਣੇ ਆਇਆ ਹੈ ਕਿ 38% ਕੈਨੇਡੀਅਨਸ ਦਾ ਝੁਕਾਅ ਇਸ ਸਮੇਂ ਕੰਜ਼ਰਵਟਿਵ ਵੱਲ ਹੈ ਜੋ ਕਿ ਪਿਛਲੇ 4 ਹਫ਼ਤਿਆਂ ਨਾਲੋਂ 5.5% ਦੀ ਵਾਧਾ ਹੈ ਇਹ ਸਾਰਾ ਕੁਝ ਲਿਬਰਲ ਦੇ ਘੱਟੇ ਸਮਰਥਨ ਦੇ ਕਾਰਨ ਹੋਇਆ ਹੈ ਇਸ ਸਮੇਂ ਲਿਬਰਲਾਂ ਨੂੰ 26.5% ਦਾ ਸਮਰਥਨ حاصل ਹੈ ਐਨਡੀਪੀ ਨੂੰ ਅੱਧਾ ਪਰਸੈਂਟ ਪੁਆਇੰਟ ਦਾ ਫਾਇਦਾ ਹੋਇਆ ਉਹ ਇਸ ਸਮੇਂ 21% ਦੇ ਉੱਪਰ ਚੱਲ ਰਹੇ ਨੇ ਜਦਕਿ ਬਲੈਕ ਕਿਊਬ ਕੋਆ ਨੂੰ ਪੂਰੇ 1% ਪੁਆਇੰਟ ਦਾ ਨੁਕਸਾਨ ਹੋਇਆ ਤੇ ਉਹ 6.2% ਤੇ ਪੁੱਜ ਗਏ ਨੇ ਗ੍ਰੀਨਜ਼ ਦੇ ਸਮਰਥਨ ਵਿੱਚ ਕੋਈ ਫਿਰ ਬਦਲ ਨਹੀਂ ਹੋਇਆ ਉਹਨਾਂ ਨੂੰ 5.7 ਫੀਸ ਦੀ ਕੈਨੇਡੀਅਨਸ ਦਾ ਸਮਰਥਨ ਹਾਸਲ ਹੈ ਜਦਕਿ ਪੀਪਲਜ਼ ਪਾਰਟੀ ਦੇ ਸਮਰਥਨ ਵਿੱਚ ਅੱਧੇ ਅੰਕ ਦੀ ਕਮੀ ਆਈ ਹੈ ਨੈਨੋਜ਼ ਦੇ ਰਿਸਰਚ ਦੇ ਚੀਫ ਡਾਟਾ ਸਾਇੰਟਿਸਟ ਤੇ ਬਾਨੀ ਨਿਕ ਨੈਨੋਜ਼ ਨੇ ਆਖਿਆ ਕਿ ਇਸ ਲਈ ਕੰਜ਼ਰਵਟਿਵਾਂ ਵਾਸਤੇ ਚੰਗੀ ਖਬਰ ਇਹ ਹੈ ਕਿ ਜੇ ਅੱਜ ਚੋਣਾਂ ਕਰਵਾਈਆਂ ਜਾਂਦੀਆਂ ਨੇ ਤਾਂ ਸੁਭਾਵਿਕ ਤੌਰ ਤੇ ਬਹੁਗੰਤੀ ਸਰਕਾਰ ਬਣਾ ਸਕਦੇ ਨੇ ਪਰ ਕੰਜ਼ਰਵੇਟਿਵਾਂ ਲਈ ਮਾੜੀ ਖ਼ਬਰ ਜਾਂ ਲਿਬਰਲਾਂ ਲਈ ਚੰਗੀ ਖ਼ਬਰ ਇਹ ਹੈ ਕਿ ਚੋਣਾਂ ਅੱਜ ਨਹੀਂ ਕਰਵਾਈਆਂ ਜਾ ਰਹੀਆਂ ਕੰਜ਼ਰਵੇਟਿਵ ਨੂੰ ਸੱਤਾ ਉੱਤੇ ਕਾਬਜ ਹੋਣ ਲਈ ਇਹ ਰੁਝਾਨ ਬਰਕਰਾਰ ਰੱਖਣਾ ਹੋਵੇਗਾ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਵੀ ਕੈਨੇਡੀਅਨਜ਼ ਦੇ ਕੰਜ਼ਰਵੇਟਿਵ ਆਗੂ ਪੀਏਰੇ ਪੋਲੀਆਬ ਨੂੰ ਇਸ ਸਮੇਂ ਪਸੰਦ ਕਰ ਰਹੇ ਨੇ ਇਸ ਮਾਮਲੇ 'ਚ ਜਸਟਿਨ ਟਰੂਡੋ ਦੀ ਮਕੋਬਲੀਅਤ ਕਾਫੀ ਘਟੀ ਹੈ ਪੋਲੀਵਰ ਨੋ ਟਰੂਡੋ ਦੇ ਨੋ ਅੰਕ ਅੱਗੇ ਚੱਲ ਰਹੇ ਨੇ 32% ਦਾ ਪ੍ਰਧਾਨ ਮੰਤਰੀ ਵਜੋਂ ਹਰਮਨ ਪਿਆਰਾ ਆਗੂ ਪੋਲੀਵ ਨੇ ਜਦਕਿ 23% ਪ੍ਰਧਾਨ ਮੰਤਰੀ ਟਰੂਡੋ ਨੂੰ ਹੀ ਪ੍ਰਧਾਨ ਮੰਤਰੀ ਦੁਬਾਰਾ ਦੇਖਣਾ ਚਾਹੁੰਦੇ ਨੇ ਐਨਡੀਪੀ ਆਗੂ ਜਗਮੀਤ ਸਿੰਘ ਦੀ ਇਸ ਮਾਮਲੇ 'ਚ ਸਥਿਤੀ ਨਹੀਂ ਬਦਲੀ ਉਹਨਾਂ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣ ਵਾਲਿਆਂ ਦੀ ਗਿਣਤੀ 15.6% ਹੈ ਕਾਬਲੇ ਹੋ ਰਿਹਾ ਹੈ ਕਿ ਪਿਛਲੇ ਸਮੇਂ ਦਰਾਨ ਹਾਊਸਿੰਗ ਤੇ ਮਹਿੰਗਾਈ ਦੇ ਕਾਰਨ ਕੈਨੇਡੀਅਨਜ਼ ਪਰੇਸ਼ਾਨ ਨੇ ਜਿਸ ਲਈ ਉਹ ਫੈਡਰਲ ਸਰਕਾਰ ਨੂੰ ਜ਼ਿੰਮੇਵਾਰ ਦਾਸ ਰਹੇ ਨੇ ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀ ਆਫ ਦੇ ਵੱਲੋਂ ਇਨ੍ਹਾਂ ਦੋਵੇਂ ਮਸਲਿਆਂ ਨੂੰ ਲੈ ਕੇ ਖਾਸ ਕਰ ਲਿਬਰਲ ਸਰਕਾਰ ਦੀ ਲਗਾਤਾਰ ਘੇਰਾਬੰਦੀ ਕੀਤੀ ਜਾ ਰਹੀ ਹੈ ਜਿਸ ਦਾ ਅਸਰ ਲੋਕਾਂ ਤੇ ਦਿਖਾਈ ਦੇ ਰਿਹਾ ਹੈ ਇਸ ਕਾਰਨ ਪ੍ਰਧਾਨ ਮੰਤਰੀ ਟਰੂਡੋ ਦੀ ਲੋਕਪ੍ਰਿਅਤਾ ਦੇ ਵਿੱਚ ਲਗਾਤਾਰ ਕਮੀ ਨਜ਼ਰ ਆ ਰਹੀ ਹੈ ਜਿਸ ਨੂੰ ਸੁਧਾਰਨ ਦੇ ਲਈ ਸਰਕਾਰ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ ਜਿਸ ਤਹਿਤ ਰੈਂਟਲ ਯੂਨਿਟਸ ਤੋਂ ਜੀਐਸਟੀ ਹਟਾਉਣਾ ਨਵੇਂ ਘਰਾਂ ਦੀ ਉਸਾਰੀ ਵਧਾਉਣਾ ਤੇ ਇਸ ਤੋਂ ਇਲਾਵਾ ਗਰੋਸਰੀ ਦੀਆਂ ਕੀਮਤਾਂ ਘਟਾਉਣ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਵਨ ਸ਼ੈਰ ਦੇ ਵਿੱਚ ਐਕਸਲਰੇਟਰ ਫੰਡ ਦਾ ਐਲਾਨ ਕੀਤਾ ਗਿਆ ਜਿੱਥੇ ਕਿ 1700 ਨਵੇਂ ਘਰ ਬਣਾਉਣ ਦੀ ਗੱਲਬਾਤ ਆਖੀ ਗਈ ਹੈ। ਇਸ ਮੌਕੇ ਮੇਅਰ ਸਟੀਫਨ ਡੈਲਟੋਕਾ ਦੇ ਵੱਲੋਂ ਜਿੱਥੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਇਹਨਾਂ ਫੰਡਾਂ ਦੇ ਲਈ ਧੰਨਵਾਦ ਕੀਤਾ ਗਿਆ। ਉਥੇ ਨਾਲੋਂ ਨਾਲੇ ਵੀ ਆਖਿਆ ਗਿਆ ਕਿ ਹਾਊਸਿੰਗ ਦੇ ਸੈਕਟਰ ਦੇ ਵਿੱਚ ਵੱਡੀ ਪ੍ਰਾਪਤੀ ਹੋਏਗੀ ਫੈਡਰਲ ਸਰਕਾਰ ਦੇ ਵੱਲੋਂ ਐਕਸੀਲੇਰੇਟਰ ਫੰਡ ਦੇ ਤਹਿਤ ਮੈਟਰੋ ਅਤੇ ਸਕਾਈ ਟ੍ਰੇਨਸ ਦੇ ਨਜ਼ਦੀਕ ਵੱਡੇ ਵੱਡੇ ਟਾਵਰ ਉਸਾਰਨ ਦੇ ਲਈ ਸਿਟੀ ਕਾਉਂਸਲਸ ਨੂੰ ਫੰਡ ਦਿੱਤੇ ਜਾ ਰਹੇ ਨੇ ਤੇ 4 ਬਿਲੀਅਨ ਡਾਲਰ 2022 ਦੇ ਬਜਟ ਦੇ ਵਿੱਚ ਰੱਖੇ ਗਏ ਸਨ ਕੈਨੇਡਾ ਦੇ ਵਿੱਚ ਹਾਊਸਿੰਗ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਜਿਸ ਦੇ ਹੱਲ ਦੇ ਲਈ ਫੈਡਰਲ ਸਰਕਾਰ ਵੱਲੋਂ ਪਿਛਲੇ ਸਮੇਂ ਦਰਾਨ ਕਦਮ ਚੁੱਕੇ ਜਾ ਰਹੇ ਨੇ ਇਸੇ ਤਹਿਤ ਹੀ ਹਾਊਸਿੰਗ ਐਕਸਲਰੇਟਰ ਫੰਡ ਦਾ ਐਲਾਨ ਵੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੀਤਾ ਸੀ ਜਿਸ ਤਹਿਤ 4 ਬਿਲੀਅਨ ਡਾਲਰ ਦੇ ਫੰਡ ਸਿਟੀ ਕਾਉਂਸਲਸ ਨੂੰ ਦਿੱਤੇ ਜਾਣੇ ਨੇ ਬੇਸ਼ੱਕ ਇਸ ਮਾਮਲੇ ਦੇ ਵਿੱਚ ਲੰਡਨ 온ਟਾਰੀਓ ਪਹਿਲਾ ਸ਼ਹਿਰ ਸੀ ਜਿਸ ਦੇ ਵੱਲੋਂ ਫੈਡਰਲ ਸਰਕਾਰ ਦੇ ਨਾਲ ਸਮਝੌਤਾ ਕੀਤਾ ਗਿਆ ਅਤੇ ਸਰੀ ਅਤੇ ਬਰਨਵੀ ਨੂਬੀਏ ਫੰਡ ਪ੍ਰਾਪਤ ਹੋਣੇ ਸਨ ਪਰ ਡਵੈਲਪਿੰਗ ਟੈਕਸ ਰੀਜ਼ਨ ਦੇ ਵਿੱਚ ਵਧਾਉਣ ਦੇ ਮਸਲੇ ਨੂੰ ਲੈ ਕੇ ਅਨਾਉਂਸਮੈਂਟ ਹਾਲ ਦੀ ਘੜੀ ਰੋਕ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ অন্ਟਾਰੀਓ ਦੇ ਵੌਨ ਸ਼ੈਰ ਚ ਪਹੁੰਚ ਕੇ ਹਾਊਸਿੰਗ ਨਿਰਮਾਣ ਲਈ ਸਿਟੀ ਸਰਕਾਰ ਦੇ ਨਾਲ 59 ਮਿਲੀਅਨ ਡਾਲਰ ਦੀ ਫੰਡਿੰਗ ਦਾ ਇਕਰਾਰਨਾਮਾ ਕੀਤਾ ਗਿਆ ਹੈ। ਇਹ ਫੰਡਿੰਗ ਹਾਊਸਿੰਗ ਐਕਸਲਰੇਟਰ ਫੰਡ ਦੇ ਤਹਿਤ ਦਿੱਤੀ ਜਾਏਗੀ। ਇਸ ਸਮਝੌਤੇ ਤਹਿਤ ਅਗਲੇ 3 ਤੋਂ 10 ਸਾਲਾਂ ਦੇ ਦਰਮਿਆਨ ਹਜ਼ਾਰਾਂ ਰਹਿਸੀ ਯੂਨਿਟ ਬਣਾਏ ਜਾਣਗੇ। ਹਾਊਸਿੰਗ ਐਕਸਲਰੇਟਰ ਫੰਡ ਤਹਿਤ ਸਰਕਾਰ ਦਾ ਕੰਟਰੈਕਟ ਕਰਨ ਵਾਲਾ ਵੌਨ ਕੈਨੇਡਾ ਦਾ ਦੂਜਾ ਸ਼ਹਿਰ ਹੈ ਪਿਛਲੇ ਮਹੀਨੇ অন্ਟਾਰੀਓ ਦੇ ਲੰਡਨ ਸ਼ਹਿਰ ਨੇ ਵੀ ਇਸ ਫੰਡ ਤਹਿਤ ਲਿਬਰਲ ਸਰਕਾਰ ਦੇ ਨਾਲ ਸਮਝੌਤਾ ਕੀਤਾ ਸੀ ਇੱਕ ਮੀਡੀਆ ਬਿਆਨ ਦੇ ਅਨੁਸਾਰ ਇਸ ਫੰਡਿੰਗ ਚ ਅਗਲੇ 3 ਸਾਲਾਂ ਚ 1700 ਤੋਂ ਵੱਧ ਨਵੇਂ ਹਾਊਸਿੰਗ ਯੂਨਿਟਾਂ ਦਾ ਤੇਜ਼ੀ ਦੇ ਨਾਲ ਨਿਰਮਾਣ ਕੀਤਾ ਜਾਏਗਾ ਤੇ ਅਗਲੇ 10 ਸਾਲਾਂ ਚ 40000 ਤੋਂ ਵੱਧ ਘਰਾਂ ਦਾ ਨਿਰਮਾਣ ਹੋਏਗਾ ਵੌਨ ਦੇ ਮੇਅਰ ਸਟੀਫਨ ਡੈਲਡੋਕਾ ਨੇ ਇਸ ਐਲਾਨ ਨੂੰ ਆਪਣੇ ਸ਼ਹਿਰ ਦੇ ਲੋਕਾਂ ਲਈ ਜ਼ਬਰਦਸਤ ਦੱਸਿਆ ਡੈਲਡੋਕਾ ਨੇ ਕਿਹਾ ਕਿ ਸਾਡੇ ਸ਼ਹਿਰ ਵਿੱਚ ਨਿਵੇਸ਼ ਕਰਨ ਲਈ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਹੈ ਯਕੀਨੀ ਬਣਾਉਣ ਵਿੱਚ ਲਗਾਤਾਰ ਮਦਦ ਕੀਤੀ ਜਾਏਗੀ ਕਿ ਵਧੇਰੇ ਲੋਕਾਂ ਦੀ ਅਫੋਰਡੇਬਲ ਹਾਊਸਿੰਗ ਤੱਕ ਪਹੁੰਚ ਹੋਵੇ ਤੇ ਸਪਲਾਈ ਵਧਾਈ ਜਾ ਸਕੇ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਕਿ ਇਹ ਸਮਝੌਤਾ ਪਬਲਿਕ ਟ੍ਰਾਂਸਪੋਰਟ ਦੇ ਨੇੜੇ ਉੱਚ ਘਣਤਾ ਵਾਲੇ ਘਰਾਂ ਦੇ ਨਿਰਮਾਣ ਦੀ ਇਜਾਜ਼ਤ ਦੇਵੇਗਾ ਜਿਸ ਵਿੱਚ ਜੀਓ ਰੇਲ ਅਤੇ ਸਬਵੇ ਸਟੇਸ਼ਨ ਸ਼ਾਮਲ ਹੋਣਗੇ। ਹਾਊਸਿੰਗ ਐਕਸਲਰੇਟਰ ਫੰਡ ਜੋ ਕਿ ਪਹਿਲੀ ਵਾਰ 2021 ਦੀ ਚੌਣ ਮਹਿਮਦਾਨ ਐਲਾਨਿਆ ਗਿਆ ਸੀ ਤੇ 2022 ਦੇ ਬਜਟ ਵਿੱਚ ਸਰਕਾਰ ਨੇ ਇਸ ਨੂੰ ਪੇਸ਼ ਕੀਤਾ ਸੀ। ਇਸ ਤਾ ਹੈ ਕਿ ਪਬਲਿਕ ਟਰਾਂਸਪੋਰਟ ਦੇ ਨੇੜੇ ਵੱਧ ਤੋਂ ਵੱਧ ਘਰ ਉਸਾਰਨ ਦਾ ਟੀਚਾ ਰੱਖਿਆ ਗਿਆ ਜਿਸ ਵਿੱਚ ਵੱਡੇ ਟਾਵਰ ਤਰਜੀਹੀ ਤੌਰ ਤੇ ਐਲਾਨੇ ਜਾਣਗੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਪਹਿਲਾਂ ਵੀ ਇਹ ਗੱਲਬਾਤ ਆਖ ਚੁੱਕੇ ਨੇ ਕਿ ਮਿਊਸਿਪੈਲਿਟੀਆਂ ਨੂੰ ਆਪਣੇ ਪਲਾਨ ਫੈਡਰਲ ਸਰਕਾਰ ਤੱਕ ਪਹੁੰਚਦੇ ਕਰਨਾ ਚਾਹੀਦੇ ਨੇ ਤਾਂ ਜੋ ਇਹ ਫੰਡ ਵੱਧ ਤੋਂ ਵੱਧ ਸ਼ਹਿਰਾਂ ਨੂੰ ਪਹੁੰਚਦਾ ਕੀਤਾ ਜਾ ਸਕੇ ਅਤੇ ਹਾਊਸਿੰਗ ਦੀ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ ਪਿਛਲੇ ਸਮੇਂ ਦੌਰਾਨ ਹਾਊਸਿੰਗ ਸਿਆਸੀ ਤੌਰ ਤੇ ਲਿਬਰਲਸ ਦੇ ਲਈ ਬੜਾ ਘੇਰਵੰਦੀ ਵਾਲਾ ਮੁੱਦਾ ਬਣਿਆ ਰਿਹਾ ਜਿਸ ਕਾਰਨ ਦੋ ਵੱਡੇ ਫੈਸਲੇ ਸਰਕਾਰ ਨੇ ਕੀਤੇ ਨੇ ਜਿਸ ਵਿੱਚ ਰੈਂਟਲ ਯੂਨਿਟਸ ਤੋਂ ਜੀਐਸਟੀ ਹਟਾਉਣ ਦਾ ਫੈਸਲਾ ਵੀ ਸ਼ਾਮਲ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ